ਹਾਏ ਦੋਸਤੋ, ਆਜ ਇੰਡੀਆ 'ਚ ਸਾਰੇ ਲੋਕ ਇਹੀ ਗੱਲ ਤੋਂ ਰੋ ਰਹੇ ਨੇ, ਪੈਟਰੋਲ ਵੱਧ ਗਿਆ, ਪੈਟਰੋਲ ਵੱਧ ਗਿਆ, ਪੈਟਰੋਲ ਵੱਧ ਗਿਆ, ਮੋਦੀ ਹਾਏ ਹਾਏ, ਮੋਦੀ ਹਾਏ ਹਾਏ। ਮੈਂ ਕਾਂਗਰਸ ਕੇ ਫੇਵਰ ਮੇਂ ਹੂੰ, ਕਾਂਗਰਸ ਕੇ ਸਮਰਥਨ ਮੇਂ ਹੂੰ, ਸਾਰੇ ਲੋਕ ਯਹੀ ਕਹਿ ਰਹੇ ਹੈ। ਲੇਕਿਨ ਮੈਂ ਆਜ ਆਸਟ੍ਰੇਲੀਆ ਸੇ ਆਪਕੋ ਦਿਖਾ ਰਹਾ ਹੂੰ, ਯੇ ਪੈਟਰੋਲ ਪ੍ਰਾਈਸ ਹੈ ਔਰ ਯੇ ਡਿਸਕਾਊਂਟਡ ਪੈਟਰੋਲ ਪ੍ਰਾਈਸ ਹੈ। $1.40, ਯੇ 100 ਲੀਟਰ ਕਾ ਤੇਲ ਹੈ, ਉਸਕਾ ਰੇਟ ਦਿਆ ਹੋਇਆ ਇਹਨਾਂ ਨੇ, ਔਰ ਯੇ ਡਿਸਕਾਊਂਟਡ ਹੈ। ਔਰ ਨਾਰਮਲੀ $1.60 ਆਜ ਕਾ ਰੇਟ ਚੱਲ ਰਹਾ ਹੈ, ਔਰ ਰੋਜ਼ ਪ੍ਰਾਈਜ਼ ਚੇਂਜ ਹੋਤੇ ਹੈ, ਯਹਾਂ ਪੇ ਰੋਜ਼ ਬੜਤੇ ਹੈ, ਦਿਨ ਮੇਂ ਦੋ ਦੋ ਤਿੰਨ ਤਿੰਨ ਬਾਰ ਬੜਤੇ ਹੈ, ਕਮ ਹੋਤੇ ਹੈ, ਬੜਤੇ ਹੈ, ਕਮ ਹੋਤੇ ਹੈ। ਔਰ ਜੋ ਲੋਕ ਬਾਰ ਬਾਰ ਯੇ ਕਹਿ ਰਹੇ ਹੈ ਕਿ ਮੋਦੀ ਜੀ ਨੇ ਪੈਟਰੋਲ ਬੜਾਇਆ, ਮੋਦੀ ਜੀ ਨੇ ਪੈਟਰੋਲ ਬੜਾਇਆ, ਮੈਂ ਉਨਸੇ ਪੁੱਛਣਾ ਚਾਹਤਾ ਹੂੰ, ਵੀ ਪੈਟਰੋਲ ਮੋਦੀ ਜੀ ਘਰ ਮੇਂ ਬਣਾ ਰਹੇ ਹੈ? ਇੰਟਰਨੈਸ਼ਨਲ ਪ੍ਰਾਈਸ ਸੇ ਜਿਤਨਾ ਕਾ ਵੀ ਪੈਟਰੋਲ ਆਏਗਾ, ਵੋ ਕੰਪਨੀਆਂ, ਇੰਡੀਆ ਕੀ ਕੰਪਨੀਆਂ ਉਸਕੋ ਸਿਰਫ ਰਿਫਾਈਨ ਕਰ ਰਹੀ ਹੈ, ਤੋ ਵੋ ਜੋ ਪੈਟਰੋਲ ਆਏਗਾ ਉਸਮੇ ਹਮ ਯਾ ਮੋਦੀ ਜੀ ਕਿਆ ਕਰ ਸਕਤੇ ਹੈ। ਹਾਂ, ਯੇ ਬਾਤ ਅਲੱਗ ਹੈ ਕਿ ਯਦੀ ਮੋਦੀ ਜੀ ਗਵਰਨਮੈਂਟ ਕੇ ਟੈਕਸ ਹਟਾਏਗੇ, ਤੋ ਨੈਚੁਰਲੀ ਕਹੀਂ ਨਾ ਕਹੀਂ ਵੋ ਟੈਕਸ ਬੜਾਏਗੇ, ਔਰ ਫਿਰ ਆਪ ਰਹੋਗੇ ਕਿ ਜੀ ਪੈਟਰੋਲ ਜੋ ਹੈ ਸਸਤਾ ਹੋ ਗਿਆ, ਲੇਕਿਨ ਯੇ ਦਾਲ ਬੜ ਗਈ, ਆਲੂ ਬੜ ਗਿਆ, ਯੇ ਬੜ ਗਿਆ, ਵੋ ਬੜ ਗਿਆ। ਤੋ ਸੋਚਨੇ ਵਾਲੀ ਬਾਤ ਯੇ ਹੈ ਕਿ ਯਦੀ ਆਪਨੇ ਕ੍ਰਿਟੀਸਾਈਜ਼ ਹੀ ਕਰਨਾ ਹੈ ਔਰ ਮੋਦੀ ਜੀ ਕੋ ਜਿਤਾਨਾ ਹੈ, ਤੋ ਉਹਨੇ ਸਫੀਸ਼ੈਂਟ ਟਾਈਮ ਤੋ ਦੋ ਨਾ। 65 ਸਾਲ ਮੇਂ ਦੇਸ਼ ਕਾ ਕੁਛ ਨਹੀਂ ਹੁਆ ਔਰ ਆਪ ਕ੍ਰਿਟੀਸਾਈਜ਼ ਕਰਤੇ ਰਹੇ, ਕਰਪਸ਼ਨ ਨਹੀਂ ਹਟੀ, ਪਾਵਰਟੀ ਨਹੀਂ ਹਟੀ, ਯੇ ਨਹੀਂ ਹਟਾ, ਵੋ ਨਹੀਂ ਹਟਾ। ਜਬ ਇੱਕ ਚੀਜ਼ ਵਿਗੜੀ ਹੋਈ ਹੈ ਬਰਸੋਂ ਸੇ, ਤੋ ਉਸੇ ਠੀਕ ਕਰਨੇ ਕੇ ਲਈ ਕੁਛ ਰੀਜ਼ਨੇਬਲ ਟਾਈਮ ਤੋ ਦੋ ਨਾ ਭਈਆ। ਔਰ ਆਪ ਲਗੇ ਹੋਏ ਹੋ ਮੋਦੀ ਕੋ ਕ੍ਰਿਟੀਸਾਈਜ਼ ਕਰਨੇ। ਅਭੀ ਆਪਨੇ ਦੇਖਾ ਕਰਨਾਟਕਾ ਮੇਂ ਕਿਆ ਹੁਆ, ਮਤਲਬ ਕਲਾਸ ਮੇਂ ਇੱਕ ਬੱਚਾ ਜੋ ਹੈ 50 ਨੰਬਰ ਲੈ ਕੇ ਪਾਸ ਹੋ ਗਿਆ, ਔਰ ਦੂਸਰੇ ਜੋ ਬੱਚੇ ਹੈ ਜਿਸ ਕੇ 10 ਨੰਬਰ ਆਏ, ਕਿਸੀ ਕੇ 5 ਆਏ, ਕਿਸੀ ਕੇ 2 ਆਏ, ਕਿਸੀ ਕੇ 4 ਆਏ, ਵੋ ਬੋਲਤੇ ਹੈ ਕਿ ਭਈ ਹਮ ਮੋਨੀਟਰ ਬਣੇਗੇ ਕਿਉਂਕਿ ਹਮ ਪਾਸ ਹੋਏ ਹੈਂ। ਮਤਲਬ ਯੇ ਤਾਂ ਧਾਂਦਲੀ ਵਾਲੀ ਬਾਤ ਹੈ ਨਾ, ਅੰਧੇਰ ਨਗਰੀ ਚੌਪਟ ਰਾਜਾ ਵਾਲੀ ਬਾਤ ਹੈ। ਮੇਰੇ ਖਿਆਲ ਸੇ ਸੰਵਿਧਾਨ ਕੋ ਹੀ ਚੇਂਜ ਕਰ ਦੇਣਾ ਚਾਹੀਏ।